ਉਹ ਚਾਹੇ ਆਪਣੇ ਪੰਜਾਬੀ ਹੋਣ ਜਾਂ ਕੋਈ ਹੋਰ, ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਲਾਈਫ ਨੂੰ ਕਿਸੇ ਵਧੀਆ ਕੰਟਰੀ ਵਿੱਚ ਸੈੱਟ ਕਰੇ, ਤੇ ਅਜਿਹਾ ਹੀ ਮੌਕਾ ਦੇ ਰਹੀ ਹੈ ਇਟਲੀ ਦੀ ਸਰਕਾਰ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਵ ਫੋਰਐਵਰ ਚੈਨਲ। ਦੋਸਤੋ, ਇਟਲੀ 'ਚ ਘਟਦੀ ਆਬਾਦੀ ਦੇ ਮੱਦੇਨਜ਼ਰ ਵਿਦੇਸ਼ੀਆਂ ਨੂੰ ਇੱਥੇ ਆ ਕੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਟਲੀ ਨੇ ਪਿਛਲੇ 10 ਸਾਲਾਂ 'ਚ ਜਨਮ ਦਰ 'ਚ ਰਿਕਾਰਡ 2.5% ਗਿਰਾਵਟ ਦਰਜ ਕੀਤੀ ਹੈ, ਜਿਸ ਕਾਰਨ ਇੱਥੋਂ ਦੇ ਕਈ ਪਿੰਡਾਂ 'ਚ ਵਿਦੇਸ਼ੀਆਂ ਨੂੰ ਆ ਕੇ ਰਹਿਣ ਲਈ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਨਵੇਂ ਆਫਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। 30 ਸਾਲਾਂ ਤੋਂ ਇਟਲੀ ਦੇ ਪਿੰਡਾਂ ਦੀ ਅਜਿਹੀ ਸਥਿਤੀ ਹੈ ਕਿ 4 'ਚੋਂ ਹਰ ਇੱਕ ਪਿੰਡ ਖੰਡਰ ਬਣ ਚੁੱਕਿਆ ਹੈ। 139 ਪਿੰਡਾਂ 'ਚ 150 ਤੋਂ ਵੀ ਘੱਟ ਲੋਕ ਬਚੇ ਹਨ। ਇਹਨਾਂ ਪਿੰਡਾਂ 'ਚ ਦੁਕਾਨਾਂ, ਸਕੂਲ ਆਦਿ ਸਭ ਕੁਝ ਬੰਦ ਹੋ ਚੁੱਕਿਆ ਹੈ। ਇਟਲੀ ਦੇ ਲੋਕਾਨਾ ਕਸਬੇ ਨੇ ਆਫਰ ਕੀਤੀ ਹੈ ਕਿ ਜੇਕਰ ਕੋਈ ਵਿਦੇਸ਼ੀ ਇਸ ਜਗ੍ਹਾ ਤੇ ਆ ਕੇ ਵਸਣਾ ਚਾਹੁੰਦਾ ਹੈ ਤਾਂ ਉਸਨੂੰ 7 ਲੱਖ ਰੁਪਏ ਦਿੱਤੇ ਜਾਣਗੇ। ਲੋਕਾਨਾ ਦੇ ਮੇਅਰ ਜਿਓਵਾਨੀ ਬਰੂਨੋ ਮੇਤੀਏ ਦਾ ਕਹਿਣਾ ਹੈ ਕਿ ਸਾਡੀ ਆਬਾਦੀ ਲਗਾਤਾਰ ਘੱਟਦੀ ਜਾ ਰਹੀ ਹੈ। 1900 ਦੀ ਸ਼ੁਰੂਆਤ 'ਚ 7000 ਤੋਂ ਜ਼ਿਆਦਾ ਲੋਕ ਰਹਿੰਦੇ ਸੀ। 1500 ਲੋਕ ਬਾਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਬੰਦ ਹੋ ਗਏ। ਲੋਕਾਨਾ 'ਚ ਹਰ ਸਾਲ ਕਰੀਬ 40 ਲੋਕਾਂ ਦੀ ਮੌਤ ਤੇ ਸਿਰਫ 10 ਬੱਚਿਆਂ ਦਾ ਜਨਮ ਹੁੰਦਾ ਹੈ। ਦੋਸਤੋ, ਇਸੇ ਤਰ੍ਹਾਂ ਹੀ ਅਲਪਾਈਨ ਕਸਬੇ ਦੇ ਮੇਅਰ ਨੇ ਤਾਂ ਇਹ ਐਲਾਨ ਕੀਤਾ ਸੀ ਕਿ ਉਹਨਾਂ ਦੇ ਇਲਾਕੇ 'ਚ ਆਉਣ ਵਾਲਿਆਂ ਨੂੰ ਇੱਥੇ ਬੱਚਾ ਪੈਦਾ ਕਰਨ ਤੇ 2 ਲੱਖ ਰੁਪਏ ਵੀ ਦਿੱਤੇ ਜਾਣਗੇ। ਨਾਲ ਹੀ ਪਿੰਡਾਂ ਤੋਂ ਸ਼ਹਿਰ ਜਾਣ ਵਾਲਿਆਂ ਨੂੰ ਰੋਜ਼ਾਨਾ ਟਰਾਂਸਪੋਰਟ ਇੱਕਦਮ ਫ੍ਰੀ ਮਿਲੇਗੀ। ਇਸੇ ਤਰ੍ਹਾਂ ਉੱਥੋਂ ਦੇ ਇੱਕ ਕਸਬੇ ਉਲੋ ਲਾਈ 'ਚ ਜਾ ਕੇ ਰਹਿਣ ਵਾਲਿਆਂ ਨੂੰ 80 ਰੁਪਏ 'ਚ ਬਣਿਆ ਬਣਾਇਆ ਘਰ ਦਾ ਆਫਰ ਦਿੱਤਾ ਗਿਆ। ਇੱਥੇ ਹਰ ਸਾਲ ਜਿੰਨੇ ਵੀ ਬੱਚੇ ਜਨਮ ਲੈ ਰਹੇ ਹਨ ਉਹਨਾਂ 'ਚੋਂ ਕਈ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ, ਜਿਸ ਕਾਰਨ ਅਜਿਹੇ ਆਫਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸੋ ਦੋਸਤੋ, ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕੀ ਤੁਸੀਂ ਇਟਲੀ ਦੇ ਇਹਨਾਂ ਕਸਬਿਆਂ ਵਿੱਚ ਜਾ ਕੇ ਸੈੱਟ ਹੋਣਾ ਚਾਹੁੰਦੇ ਹੋ? ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ। ਤੁਸੀਂ ਦੇਖ ਰਹੇ ਹੋ ਲਵ ਫੋਰਐਵਰ ਚੈਨਲ।